ਸਵਾਰੀਆਂ ਨਾਲ ਭਰੀ PRTC ਦੀ ਟਰੱਕ ਦੇ ਨਾਲ ਹੋਈ ਸਿੱਧੀ ਟੱਕਰ। ਵੇਖੋ ਕਿਵੇਂ ਟਰੱਕ ਵੱਢ ਕੇ ਚਾਲਕ ਨੂੰ ਕੱਢਿਆ ਬਾਹਰ। ਤਾਂ ਦੱਸ ਦੇ ਕਿ ਸਵਾਰੀਆਂ ਦੇ ਨਾਲ ਭਰੀ ਇੱਕ PRTC ਬੱਸ ਦੀ ਟਰੱਕ ਦੇ ਨਾਲ ਸਿੱਧੀ ਟੱਕਰ ਹੋ ਜਾਂਦੀ ਹੈ। ਤਾਂ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦਾ ਚਾਲਕ ਅੰਦਰ ਹੀ ਫਸ ਜਾਂਦਾ ਹੈ। ਤਾਂ 2.5 ਘੰਟੇ ਬਾਅਦ ਕਟਰ ਨਾਲ ਵੱਢ ਕੇ ਉਸ ਚਾਲਕ ਨੂੰ ਬਾਹਰ ਕੱਢਿਆ ਜਾਂਦਾ ਹੈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਤਾਂ ਦੱਸ ਦੇ ਕਿ ਮਾਮਲਾ ਪਾਤੜਾਂ ਤੋਂ ਸਾਹਮਣੇ ਆਇਆ, ਜਿੱਥੇ PRTC ਅਤੇ ਟਰੱਕ ਦੀ ਸਿੱਧੀ ਟੱਕਰ ਹੋਈ ਹੈ। ਤਾਂ ਬੱਸ ਦੇ ਵਿੱਚ ਕਈ ਸਵਾਰੀਆਂ ਵੀ ਬੈਠੀਆਂ ਸੀ, ਜਿਨ੍ਹਾਂ ਨੂੰ ਕਿ ਗੰਭੀਰ ਸੱਟਾਂ ਵੀ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਸੀ, ਜਿਸ ਦੇ ਵਿੱਚ ਬੱਸ ਅਤੇ ਟਰੱਕ ਦੋਨਾਂ ਦੇ ਪਰਖੱਚੇ ਉੱਡ ਜਾਂਦੇ ਨੇ। ਅਤੇ ਹਾਦਸੇ ਤੋਂ ਬਾਅਦ ਦੱਸ ਦਈਏ ਕਿ ਟਰੱਕ ਦੇ ਅੰਦਰ ਚਾਲਕ ਫਸ ਜਾਂਦਾ। ਤਾਂ ਮੌਕੇ ਤੇ ਇੱਕ ਕਟਰ ਲਿਆਇਆ ਜਾਂਦਾ ਹੈ ਤੇ ਕਟਰ ਦੇ ਨਾਲ ਟਰੱਕ ਦਾ ਅੱਗੇ ਵਾਲਾ ਹਿੱਸਾ ਵੱਢਿਆ ਜਾਂਦਾ ਹੈ ਤੇ 2.5 ਘੰਟੇ ਬਾਅਦ ਉਸਦੇ ਚਾਲਕ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਵਾਲਾ ਸਿੱਧਾ ਆ ਰਿਹਾ ਸੀ, PRTC ਦੀ ਬੱਸ ਬੜੀ ਤੇਜ਼ੀ ਦੇ ਨਾਲ ਆ ਰਹੀ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਹੋ ਗਿਆ। ਤਾਂ 12 ਲੋਕ ਇਸ ਦੇ ਵਿੱਚ ਗੰਭੀਰ ਜ਼ਖਮੀ ਹੋਏ ਨੇ, ਜਦਕਿ ਇੱਕ ਟਰੱਕ ਚਾਲਕ ਵੀ ਇਸ ਦੇ ਵਿੱਚ ਜ਼ਖਮੀ ਹੋ ਜਾਂਦਾ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਆਪਣਾ ਰਿਸ਼ਤੇਦਾਰ ਹੈ, ਕੁਲਛੇਤਰ ਤੋਂ ਆਪਣਾ ਭਾਂਜਾ ਲੱਗਦਾ। 6:30 ਵਜੇ ਦਾ ਐਕਸੀਡੈਂਟ ਹੋਇਆ ਬਲਾਡਾ ਡਿਪੂ ਬੱਸ ਨਾਲ ਜੀ, ਅਤੇ ਦੋਨੇ ਗੱਡੀਆਂ, ਆਪਣਾ ਟਰੱਕ ਡਰਾਈਵਰ ਸੀ ਜਿਹੜਾ ਉਹ ਵਿੱਚ ਫਸ ਗਿਆ, ਬੱਸ ਵਾਲੇ ਨੂੰ ਲੈ ਗਏ ਅਤੇ ਉਹ ਥੋੜ੍ਹਾ ਜਿਹਾ ਠੀਕ ਸਨ, ਬਚ ਗਏ, ਜਾਨੀ ਨੁਕਸਾਨ ਨਹੀਂ ਹੋਇਆ। ਪਰ ਗੱਡੀ ਵਾਲੇ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ ਹੈਗਾ, ਰੋਡਵੇਜ਼ ਦੀ ਬੱਸ ਜ਼ਿਆਦਾ ਦਬਾਈ ਹੋਈ ਹੈ ਅਤੇ ਜਾਨੀ ਨੁਕਸਾਨ ਤੋਂ ਬਚ ਗਏ। ਕਿਵੇਂ ਲੱਗ ਰਿਹਾ ਜੇ ਜਿਸ ਤਰ੍ਹਾਂ ਦੇ ਹਾਲਾਤ ਟਰੱਕ ਦੇ ਬਣੇ ਹੋਏ ਆ, ਕਿਉਂਕਿ ਇੱਕ ਡਰਾਈਵਰ ਸਾਈਡ ਜਿਹੜੀ ਜਮੇ ਬਿਲਕੁਲ ਹੀ ਚਿੱਪ ਕਰ ਰੱਖੀ ਆ, ਡਰਾਈਵਰ ਇਹਦੇ ਵਿੱਚ ਕਿਸ ਤਰ੍ਹਾਂ ਸੁਰੱਖਿਅਤ ਬਚਿਆ ਜਾਂ ਕਿਸ ਤਰ੍ਹਾਂ? 6:30 ਵਜੇ ਦਾ ਐਕਸੀਡੈਂਟ ਹੋਇਆ, ਹੁਣ ਟਾਈਮ ਦੇਖ ਲਓ ਜੀ, ਮੈਨੂੰ ਲੱਗਦਾ 2.5 ਘੰਟੇ ਦੇ ਹੋ ਗਏ ਹੁਣ, 2.5 ਘੰਟੇ ਦਾ। ਬਹੁਤ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ, ਐਸੀ ਗੱਲ ਨਹੀਂ ਹੈਗੀ, ਅਤੇ ਬਾਕੀ ਦੁਨੀਆ ਦਾ ਪਬਲਿਕ ਦਾ ਵੀ ਬਹੁਤ ਸਾਥ ਹੈ, ਇਹਨਾਂ ਨਾਲ ਹੀ ਦੁਨੀਆ ਬੰਦਾ ਬਚਦਾ। ਬਹੁਤ ਹੀ ਜੱਗੋ ਜਾ ਬੰਦਿਆਂ ਨੇ ਹਿੰਮਤ ਕਰਕੇ ਇਹਨਾਂ ਨੂੰ ਆਪਾਂ ਨੂੰ ਬਾਹਰ ਕੱਢਿਆ, ਮੁੰਡੇ ਨੂੰ 2.5 ਘੰਟਿਆਂ ਬਾਅਦ ਬੰਚਾ ਬਾਹਰ ਨਿਕਲਿਆ। ਪਰ ਚਲੋ ਨੁਕਸਾਨ ਤੋਂ ਬਚ ਗਿਆ, ਸੱਟਾਂ ਤਾਂ ਹੈਗੀਆਂ ਪਰ ਕੋਈ ਅੰਗ ਪੈਰ, ਬਾਕੀ ਹੋਸਪਿਟਲ ਜਾ ਕੇ ਪਤਾ ਲੱਗੇਗਾ ਵੀ ਕੀ। ਹੁਣ ਉੱਥੇ ਕਿੱਥੇ ਭੇਜਿਆ? ਹੁਣ ਵਰਦਾਨ ਹੋਸਪਿਟਲ ਲੈ ਗਏ ਜੀ, ਵਰਦਾਨ ਹੋਸਪਿਟਲ ਲੈ ਗਏ ਨੇ। ਉਸ ਤੋਂ ਬਾਅਦ ਅੱਗੇ ਡਾਕਟਰ ਦੇਖਣਗੇ ਵੀ ਕੀ ਹੈ, ਪਟਿਆਲੇ ਭੇਜ ਦਿਆ ਜਾਂ ਇੱਥੇ ਹੀ ਕਵਰ ਹੋ ਜਾਏਗਾ ਉਹਦੇ। ਕੀ ਲੱਗਦਾ ਇਹ ਸੜਕਾਂ ਦੇ ਜਿਹੜੇ ਘੱਟ ਕੀਤਾ ਜੀ? ਇਹ ਮੈਂ ਜਗਜੀਤ ਸਿੰਘ ਜੀ, ਇਹ ਜਿਹੜੀ ਸੜਕ ਹੈ ਆਪਣੀ, ਇਹ ਸੜਕ ਦੀ ਜਿਹੜੀ ਚੜਾਈ ਹੈ ਬਹੁਤ ਜ਼ਿਆਦਾ ਘੱਟ ਹੈ, 2 ਵਹੀਕਲ ਪਾਸ ਕਰਨੇ ਬੜੇ ਔਖੇ ਨੇ ਇੱਥੇ, ਅਤੇ ਇਸ ਦੇ ਕਾਰਨ ਹੀ ਹਾਦਸਾ ਹੋਇਆ। ਕੁਛ ਬੱਸਾਂ ਵਾਲੇ ਵੀ ਜ਼ਿਆਦਾ ਸਪੀਡ ਨਹੀਂ, ਕੁਛ ਇਹਨਾਂ ਦੀ ਓਵਰ ਸਪੀਡ ਹੁੰਦੀ ਹੈ ਜੀ, ਟਰੱਕ ਵਾਲੇ ਨੇ ਤਾਂ ਤੁਹਾਡੇ ਸਾਹਮਣੇ ਹੈ ਜੀ, ਬਹੁਤ ਗੱਡੀ ਥੱਲੇ ਡੇਗੀ ਹੋਈ ਹੈ, ਇਸ ਤੋਂ ਵੱਧ ਤਾਂ ਥੱਲੇ ਪਰਾਂ ਜਾ ਵੀ ਨਹੀਂ ਸਕਦਾ। ਬੜੀ ਮੁਸ਼ਕਲ ਦੇ ਨਾਲ ਮੈਂ ਸਾਰੇ ਇਕੱਲੇ ਇਕੱਲੇ ਪਾਰਟ ਖੋਲ੍ਹ ਕੇ ਉਸ ਮੁੰਡੇ ਨੂੰ ਬਹੁਤ ਮੁਸ਼ਕਲ ਦੇ ਨਾਲ ਵਿੱਚੋਂ ਬਾਹਰ ਕੱਢਿਆ, ਲੇਕਿਨ ਸੱਟਾਂ ਉਹਦੇ ਬਹੁਤ ਨੇ ਮੁੰਡੇ ਦੇ। ਕੀ ਲੱਗ ਰਿਹਾ ਬੱਸ ਦੀਆਂ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਵੀ ਕਿਸੇ ਦੇ ਸੱਟਾਂ ਪਿੱਟਾਂ ਨਹੀਂ ਜੀ? ਬੱਸ ਦੀ ਕਿਸੇ ਸਵਾਰੀ ਦੇ ਸੱਟ ਨਹੀਂ ਵੱਜੀ, ਬੱਸ ਦੇ ਵਿੱਚ ਜਾਨੀ ਮਾਨੀ ਨੁਕਸਾਨ ਇਸ ਤਰ੍ਹਾਂ ਦਾ ਨਹੀਂ ਹੋਇਆ, ਲੇਕਿਨ ਉਹ ਟਰੱਕ ਵਾਲੇ ਮੁੰਡੇ ਦੇ ਬਹੁਤ ਸੱਟਾਂ ਨੇ। ਇਹਦੀ ਕੁਲਛੇਤਰ ਤੋਂ ਗੱਡੀ ਭਰੀ ਹੋਈ ਹੈ ਜੀ, ਅਤੇ ਇਹ ਇੱਥੇ ਆਪਣੇ ਪਾਤੜਾਂ ਹੀ, ਮੈਂ ਕਿਹਾ ਸੇਲ ਵਾਲੇ ਖਾਲੀ ਹੋਣੀ ਹੈ ਸ਼ਾਇਦ, ਇਹਦੇ ਬਾਰੇ ਡਰਾਈਵਰ ਤੋਂ ਪਤਾ ਲੱਗਿਆ। ਪਾਤੜਾਂ ਫੂਡ, ਇਹ ਪਾਤੜਾਂ ਫੂਡ 'ਚ ਜਾਣਾ ਜੀ, ਇੱਥੇ ਸੇਲ ਵਾਲੇ ਲੋਕਲ ਆ ਕੇ ਹਾਦਸਾ ਗ੍ਰਸਤ ਹੋਇਆ। ਹਾਂਜੀ ਹਾਂਜੀ, ਤੁਸੀਂ ਵੀ ਇੱਥੇ ਮੌਕੇ 'ਤੇ ਪਹੁੰਚੇ ਹੋ, ਕਿਸ ਤਰ੍ਹਾਂ ਦਾ ਇਹ ਹਾਦਸਾ ਵਾਪਰਿਆ ਹੈ, ਕੀ ਲੱਗ ਰਿਹਾ? ਤੁਸੀਂ ਵੀ ਇੱਥੇ ਜਿਹੜੇ ਕਿ ਰਾਹਤ ਜਿਹੜੇ ਕਿ ਪਹੁੰਚਾਈ ਆ, ਤੁਸੀਂ ਜਿਹੜੇ ਇੱਥੇ ਸੱਟਾਂ ਪੇਟਾਂ ਲੱਗੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਇੱਥੋਂ ਕੱਢਿਆ ਹੈ, ਕਿਸ ਤਰ੍ਹਾਂ ਦਾ ਇਹ ਹਾਦਸਾ ਵਾਪਰਿਆ ਔਰ ਕਿਸ ਤਰ੍ਹਾਂ ਦਾ
ਇੱਥੇ ਸੱਟਾਂ ਪਿੱਟਾਂ ਕੋਈ ਲੱਗੀਆਂ ਕਿਸੇ ਦੀ? ਹਾਂਜੀ, ਇਹ ਡਰਾਈਵਰ 'ਤੇ ਸੱਟਾਂ ਲੱਗੀਆਂ, ਟਰੱਕ ਵਾਲੇ ਡਰਾਈਵਰ 'ਤੇ ਜ਼ਿਆਦਾ, ਅਤੇ ਬੱਸ ਵਾਲੇ ਦੇ ਨੋਰਮਲ ਸੱਟਾਂ ਨੇ ਵੈਸੇ। ਅਤੇ ਸਵੇਰੇ 7 ਵਜੇ ਦੇ ਤਕਰੀਬ ਐਕਸੀਡੈਂਟ ਹੋਇਆ ਜੀ ਬੱਸ 'ਤੇ, ਅਤੇ ਮੁਲਕ ਵੱਲੋਂ ਆ ਰਹੀ ਸੀ ਬੱਸ, ਅਤੇ ਇੱਧਰੋਂ ਪੱਤਰਾ ਸਾਹਿਬ ਤੋਂ ਟਰੱਕ ਆ ਰਿਹਾ ਸੀ, ਹੋਈ ਹੈ ਟੱਕਰ, ਅਤੇ ਮੌਕੇ 'ਤੇ ਪਹੁੰਚੇ ਅਸੀਂ। ਇੱਥੇ ਜਾ ਕੇ ਅਸੀਂ ਬਿਲਕੁਲ ਪਹਿਲਾਂ ਉਹਨਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਆਪਣਾ ਟਰੱਕ ਦੇ ਡਰਾਈਵਰ ਨੂੰ ਬਹੁਤ ਮੁਸ਼ਕਲ ਨਾਲ ਕੱਢਿਆ ਗਿਆ ਬਾਹਰ ਹੀ, ਰਾੜਾ ਰੂੜਾ ਲਾ ਕੇ ਕੱਟਰ ਕੁੱਟਰ ਬਾਅਦ ਬਣਾ ਕੇ। ਤੁਹਾਡੇ ਨਾਲ ਇੱਥੋਂ ਤੁਸੀਂ ਕਨਫਰਮ ਕੀਤਾ ਸੀ ਪਾਤੜਾ ਪੁਲਿਸ ਨੂੰ ਵੀ, ਪਾਤੜਾ ਪੁਲਿਸ ਵੀ ਪਹੁੰਚੀ ਹੋਈ ਸੀ ਤੁਹਾਡੇ ਨਾਲ ਇੱਥੇ, ਔਰ ਜਿਹੜੇ ਕੀ ਲੱਗ ਰਿਹਾ ਕੋਈ ਸਵਾਰੀਆਂ ਦੇ ਸੱਟਾਂ ਪਿੱਟਾਂ ਤਾਂ ਨਹੀਂ ਲੱਗੀ? ਨਹੀਂ ਜੀ, ਸਵਾਰੀਆਂ ਦੇ ਸੱਟਾਂ ਟਰੱਕ ਵਾਲੇ ਡਰਾਈਵਰ ਦੇ ਸੱਟਾਂ ਜੀ, ਉਹਨੂੰ ਬਹੁਤ ਮੁਸ਼ਕਿਲ ਦੇ ਨਾਲ ਕੱਢਿਆ ਗਿਆ ਕੱਟਰ ਦੇ ਨਾਲ, ਵੱਡ ਵੱਡੇ ਨਾਲ ਫਸ ਗਿਆ ਸੀ ਵਿੱਚ ਡਰਾਈਵਰ। ਤੁਸੀਂ ਮੌਕੇ 'ਤੇ ਪਹੁੰਚ ਗਏ? ਅਸੀਂ ਮੌਕੇ 'ਤੇ ਪਹੁੰਚੇ ਜੀ, 5 ਵਜੇ ਪਹੁੰਚੇ। ਕਿੱਥੇ ਭੇਜੇ ਜੀ ਹੁਣ, ਕਿਤੇ ਭੇਜੇ ਜਿਹੜੇ? ਹਾਂਜੀ, ਪ੍ਰਾਈਵੇਟ ਹਸਪਤਾਲ 'ਚ ਭੇਜਿਆ ਜੀ, ਸੀਰੀਅਸ ਸੀ ਥੋੜ੍ਹਾ ਜਿਹਾ ਡਰਾਈਵਰ, ਪ੍ਰਾਈਵੇਟ ਹਸਪਤਾਲ 'ਚ ਭੇਜਦਾ ਐਂਬੂਲੈਂਸ। ਥੈਂਕ ਯੂ।